10 ਦਿਨ ਪਹਿਲਾਂ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਸੰਗਤਾਂ ਗਈਆਂ ਸੀ ਜੀ ਮਹਾਰਾਜ। ਅੱਜ 15 ਦਿਨ ਹੋ ਗਏ ਜੀ ਇੱਥੇ 400 ਮੈਂਬਰ ਫਸੇ ਨੂੰ, ਅਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਨਾਂ ਦਾ ਇੱਥੋਂ ਪੰਜਾਬ ਵਾਸਤੇ ਕੋਈ ਹੱਲ ਕੀਤਾ ਜਾਏ। ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ, ਜਿਹਦੇ ਵਿੱਚ ਬਹੁਤ ਛੋਟੇ ਛੋਟੇ ਬੱਚੇ, ਬਜ਼ੁਰਗ, ਪਿਤਾਵਾਂ ਔਰ ਭੈਣ ਭਰਾ ਬਹੁਤ ਨੇ। ਕਿਰਪਾ ਕਰਕੇ ਸਾਡੀ ਇਹ ਬੇਨਤੀ ਕੀਤੀ ਜਾਏ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੂਹ ਸਾਧ ਸੰਗਤਾਂ ਜੋ ਕਿ ਵੱਖ ਵੱਖ ਇਲਾਕਿਆਂ ਤੋਂ, ਅੰਮ੍ਰਿਤਸਰ ਤੋਂ, ਕਪੂਰਥਲਾ ਤੋਂ, ਨਵੇਂ ਸ਼ਹਿਰ ਤੋਂ, ਤਕਰੀਬਨ ਜ਼ਿਆਦਾ ਸੰਗਤ ਲੁਧਿਆਣੇ ਦੀ ਹੈ, ਫਿਰੋਜ਼ਪੁਰ ਦੀ ਸੰਗਤ ਵੀ ਇੱਥੇ ਗੁਰਦੁਆਰਾ ਬਾਲ ਲੀਲਾ ਸਾਹਿਬ ਪਹੁੰਚੀ ਹੋਈ ਹੈ। ਅਸੀਂ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਜੀ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਸੰਗਤਾਂ ਨੂੰ ਸੁਰੱਖਿਅਤ ਆਪਣੇ ਆਪਣੇ ਘਰ ਪਹੁੰਚਾਇਆ ਜਾਵੇ, ਤਾਂ ਕਿ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਕਣਕ ਦੀ ਵਢਾਈ ਆ, ਕਿਸਾਨ ਵੀਰਾਂ ਨੂੰ ਵੀ ਇਸ ਚੀਜ਼ ਦੀ ਬੜੀ ਦਿੱਕਤ ਆ ਕਿ ਆਪਣੇ ਆਪਣੇ ਕਾਰੋਬਾਰ ਵੀ ਦੇਖਣੇ ਆ, ਬੱਚਿਆਂ ਨੂੰ ਵੀ ਦੇਖਣਾ। ਕਈ ਆਪਣੀਆਂ ਮਾਵਾਂ ਬੱਚਿਆਂ ਨੂੰ ਛੱਡ ਕੇ ਆਈਆਂ ਹੋਈਆਂ ਹਨ ਅਤੇ ਬਜ਼ੁਰਗ ਹਨ ਜਿਨ੍ਹਾਂ ਦੀ ਕੋਈ ਦਵਾਈ ਬੂਟੀ ਚੱਲਦੀ ਆ। ਇਸ ਕਰਕੇ ਅਸੀਂ ਦੋਨੇ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਨੂੰ ਸੁਰੱਖਿਅਤ ਆਪਣੇ ਆਪਣੇ ਘਰਾਂ ਵਿੱਚ ਪਹੁੰਚਾਇਆ ਜਾਵੇ। ਅਸੀਂ ਦੋਨੇ ਸਰਕਾਰਾਂ ਦੇ ਅਤਿ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਅੱਗੇ ਬੇਨਤੀ ਹੈ ਕਿ ਅਸੀਂ ਪਟਨਾ ਸਾਹਿਬ ਇਹ ਸੰਗਤਾਂ ਦਰਸ਼ਨਾਂ ਨੂੰ ਗਈਆਂ ਸੀ, ਜਿਹੜੀਆਂ ਪਿਛਲੇ 10 ਦਿਨ ਤੋਂ ਇੱਥੇ ਬੈਠੀਆਂ ਨੇ। ਕਿਸੇ ਤਰ੍ਹਾਂ ਦਾ ਜਾਣ ਦਾ ਪ੍ਰਬੰਧ ਕੀਤਾ ਜਾਏ, ਉਹ ਜਿਸ ਵਿੱਚ ਬੱਚੇ ਔਰ ਬਜ਼ੁਰਗ ਬਹੁਤ ਜ਼ਿਆਦਾ ਨੇ। ਔਰ ਸਾਡੀ ਬੇਨਤੀ ਹੈ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਜੀ ਨੂੰ, ਔਰ ਦੂਸਰੀ ਬੇਨਤੀ ਹੈ ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਜਿਹੜੀ ਇਸ ਚੀਜ਼ ਨੂੰ ਵਿਸ਼ੇਸ਼ ਧਿਆਨ 'ਚ ਲਿਆ ਕੇ ਅਤੇ ਸਾਨੂੰ ਸਾਰੀ ਸੰਗਤ ਨੂੰ ਘਰੋਂ ਘਰੀ ਪਹੁੰਚਾਇਆ ਜਾਵੇ, ਇਹ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ।